की कुड़ी जी ने सारी रात पाई रखिया, कोई कहे ढिड दुखदा, कोई कहे कान दुखदा होगा, सारी रात अख नहीं लगी। हुण जाए खड़े नींद भी ढाही जाती है, वह वेला किहड़ा जिहड़े वेले इंज करदा भी सौं जा कोई ना बुलावे। बहुत औखा करता कुड़ी जी ने। मंजीत कुरे घर ही है? हाँ भैने घर ही। किवें जवाक ठीक ने? हाँ ठीक ने। बारी आ जा फिर। आ गई भैने बारी आ गई। तैं कुछ भी नहीं ना अग रखी ना पानी पूनी रखिया, देखी बह जा भैने कोई गल नहीं। अगा उगा ने की करना भैने, ये तो कहने होंगे ने बंदे दा रब ना रुसे, रब अगा की करनगे नाले पानी की करनगे। चल फिर भी अपने बुढ़िया दे विचार तो हुंदी ने। नहीं भैने किवें ठीक है? आए सुने दी ढिल्ली जी हुई हुई ठीक है, पुछ ना। रात सारी रात बह के कट्टी है। बहु कहंदी ढिड दुखदा, कोई कह दे कन्न दुखदा, रात डॉक्टर दे लैके गए, गाह ओ ना छेती छेती बार खोले। तू भी गलती कर ली, किसी ने बुला लैंदी, चार दिन तेरे जापी दे खड़ा आ जांदा कोई। चल कोई ना, हुण रात नूं तां फिर मैनूं भाई मैनूं ही जाणा पैणा सी ना नाल। बस फिर पत्थर सन तां मीं वर गया सी वी, रब हुण चल जवाक दे दूगा। पुछी ना भैणे, इह तां रब ही बैरी बण गया। ऐतकी तां पूरी आस सी ਮੇਰਾ ਮੈਨੂੰ ਪੋਤੇ ਦਾ ਮੂੰਹ ਦਿਖਾਊਗਾ। ਗੁੱਸਾ ਨਾ ਕਰੀ, ਦੇਖੀ ਕਿੰਨੀਆਂ ਬਹੂਆਂ ਸਾਹਿਬ ਦੇ ਮੁੰਡੇ ਤੇਰੇ ਨੂੰ ਪਤਾ ਨਹੀਂ ਕਹੀ ਜਾਈ ਹੈ ਨਾ, ਜਿੱਦਣ ਦੇ ਆਈ ਆ ਘਰੇ ਬਸ। ਨਹੀਂ ਪੁੱਛੀ ਨਾ ਭੈਣੇ ਕਿ ਉਹੀ ਗੱਲ ਅਗਲਾ ਕਹਿੰਦਾ ਨਾ, ਆਪਦੀ ਨੂੰਹ ਦੀਆਂ ਚੁਗਲੀਆਂ ਕਰਦੀ ਹੈ। ਪੱਥਰ ਦੇਖ ਪਹਿਲਾਂ ਵੀ ਹੋ ਗਿਆ ਐਡੀ ਬੜੀ, ਹੁਣ ਵੀ ਪੱਥਰ ਹੈ। ਲੈ ਬੋਲ ਹੁਣ ਕੀ ਕਰੀਏ? ਚੱਲ ਪਰਮਾਤਮਾ ਦੀ ਦੇਣ ਆ। ਨਹੀਂ ਰੱਬ ਵੀ ਕੀ ਕਰੂਗਾ ਜਦੋਂ ਧੋਤੇ ਖੁਰਾਂ ਵਾਲੀ ਆ ਗਈ, ਸਾਡੇ ਘਰ ਚ ਵਾਧਾ ਮੈਨੂੰ ਤਾਂ ਲੱਗਦਾ ਨੀ ਭੈਣੇ ਹੋ ਜਾਊ। ਚੱਲ ਕੋਈ ਨੀ, ਕੋਈ ਧੀਆਂ ਨੂੰ ਵੀ ਤਰਸ ਰਹੇ ਨੇ, ਇੰਨਾ ਨਾ ਦਿਮਾਗ ਤੇ ਲਾ। ਜੇ ਬਿਮਾਰ ਹੋ ਗਈ ਤੈਨੂੰ ਕੌਣ ਚੱਕੀ ਫਿਰੂਗਾ? ਤੂੰ ਇਹਨਾਂ ਨੂੰ ਸਾਂਭੇਗੀ ਜਾਂ ਆਪਦਾ ਆਪ ਸਾਂਭੇਗੀ? ਭੈਣੇ ਕਹਾ ਮੇਰਾ ਪੁੱਤ ਵੀ ਇਕੱਲਾ ਕਹਿ ਰਿਹਾ। ਚੱਲ ਕੋਈ ਨੀ, ਇਕੱਲੇ ਕਿਉਂ ਆ, ਬਥੇਰੇ ਨੇ ਆਲੇ ਦੁਆਲੇ ਸਾਰੇ, ਦੇਖਾ ਦੋ ਧੀਆਂ ਹੋ ਗਏ, ਪੁੱਤਾਂ ਵਰਗੇ ਨਹੀਂ ਵੀ, ਇੰਨਾ ਨਾ ਮਨ ਤੇ ਲਾ। ਭੈਣੇ ਪੁੱਤ ਤਾਂ ਪੁੱਤ ਹੀ ਆ, ਇਹ ਤਾਂ ਹੈ ਹੀ ਆ, ਫਿਰ ਪੁੱਤਾਂ ਦਾ ਥਾਂ ਧੀਆਂ ਕਿਵੇਂ ਲੈ ਲੈਣਗੀਆਂ? ਕਿਸੇ ਗੋਲੀ ਗਾਲੀ ਦਵਾ ਦਿੰਦੀ ਦੱਸ, ਸਾਰੀਆਂ ਨੇ ਦਵਾਈਆਂ ਦਵਾਈਆਂ ਬੂਟੀਆਂ। ਤੈਨੂੰ ਤਾਂ ਮੈਂ ਦੱਸਿਆ ਹੀ ਨਹੀਂ ਗੋਲੀ ਦਵਾਈ ਹੋਈ ਸੀ, ਗੋਲੀਆਂ ਵੀ ਕੀ ਕਰਨਗੀਆਂ ਜਦੋਂ ਕਿਸੇ ਦਾ ਰੱਬ ਰੁੱਸ ਜੇ। ਦੱਸ ਅਸੀਂ ਤਾਂ ਜੇ ਪੜਦਾ ਰੱਖਦੇ ਤਾਂ ਅਸੀਂ ਤਾਂ ਕੀ ਕਿਹਾ ਭੈਣੇ? ਨਾ ਮੈਂ ਤਾਂ ਨਹੀਂ ਕੁਛ ਕਿਹਾ ਹੈਗਾ। ਕੀ ਕਰੀਏ, ਇਕੱਲਾ ਜਵਾਕ ਹੈ, ਐਤਕ ਤਾਂ ਮੀਂਹ ਵਰਗੀ ਆਸਤੀ ਪਾ। ਹਾਂ ਆਸਤੀ ਸਾਨੂੰ ਵੀ ਸਾਰਿਆਂ ਨੂੰ ਆਸਤੀ ਧਰਤੀ ਨੇ ਕਹਿ ਵੀ ਜਵਾਕ ਦੋ ਰੱਬ। ਕਿੱਥੇ ਹੁਣ ਜੇ ਇਹੀ ਮੇਰੇ ਪੋਤਾ ਹੁੰਦਾ? ਚੱਲ ਕੋਈ ਨਹੀਂ, ਕੁਛ ਨਹੀਂ ਹੁੰਦਾ ਪੋਤੇ ਤੇ। ਹੁਣ ਦੇਖ ਲੈ ਮੇਰੇ ਘਰੇ ਵੀ ਗੈਮਲ ਗੈਮਲ ਹੁੰਦੀ, ਨਾਲੇ ਦੇਖ ਫਿਰ ਮੈਂ ਕਿਵੇਂ। ਸਾਰੇ ਦੇਖੇ ਨਿੰਮ ਬੰਨ ਰੱਖੇ ਨੇ ਤੇਰੇ ਮੁੰਡੇ ਨੇ। ਚੋਈ ਚੋਈ ਨਹੀਂ ਪੁੱਛੀ ਨਾ। ਚੱਲ ਇੰਨਾ ਨਾ ਮੰਨ ਤੇਰਾ, ਜਦੋਂ ਕਿਸੇ ਦੇ ਨਿੰਮ ਬੰਨ ਕੋਈ ਨਹੀਂ, ਫਿਰ ਮਨ ਜਵਾਕ ਨੂੰ ਗੋਦੀ ਚ ਲੈ ਕੇ ਰੋਇਆ ਕਰਦੀ। ਵੇਖੀ ਮੈਂ ਤਾਂ ਨਾ ਦਾਲ ਧਰ ਕੇ ਮਿਸਤਰੀ ਲੱਗ ਰਹੇ ਨੇ ਰੋਟੀ ਪਾਣੀ ਕਰਨਾ ਜਾ ਕੇ। ਕੰਮ ਆਈ ਸੀ ਤੂੰ ਕੋਈ? ਮੈਂ ਤਾਂ ਪਤਾ ਲੈਣੀ ਸੀ ਜਵਾਕਾਂ ਦਾ, ਕਹਿੰਦੇ ਢਿੱਲੇ ਜਿਹੇ ਹੋ ਰਹੇ ਨੇ ਤਾਂ ਕਰਕੇ। ਨਾ ਨਾ ਹਾਂ, ਫਿਰ ਰਾਤ ਤੇਰੇ ਮੁੰਡੇ ਨੇ ਦੇਖਿਆ ਸੀ ਨਾ ਸਾਨੂੰ ਜਦੋਂ ਮੋਟਰਸਾਈਕਲ ਤੇ ਲੈ ਕੇ ਗਏ, ਆਹੋ ਕਹਿੰਦੇ ਖੜਾ ਸੀ ਤੇਰਾ ਮੁੰਡਾ ਨਾ ਬਾਹਰ ਚ ਖੜਾ ਸੀ, ਦਰਸ਼ਨ ਨੇ ਵੀ ਦੇਖਿਆ ਸੀ ਖੜਿਆ ਲੰਘਦਾ ਵੜਦਾ। ਚੱਲ ਕੋਈ ਨਾ ਭੈਣ, ਚੱਲ ਕੋਈ ਨਾ, ਇੰਨੀ ਨਾ ਮੰਨ ਤੇ ਲਈ ਹੁਣ ਹੀ ਨੇ ਕਿਵੇਂ ਚਲਾਕੀਆਂ ਕਰਦੀ ਹੈ। ਕੋਈ ਗੱਲ ਨਹੀਂ, ਨੂੰ ਤਾਂ ਤੇਰੇ ਵੀ ਆਜੂ, ਇਹ ਕੀ ਪਤਾ ਹੈ ਵੀ ਤੇਰੀ ਨੂੰਹ ਦੇ ਮੁੰਡੇ ਹੋਣਗੇ ਕਿ ਕੁੜੀਆਂ ਹੋਣਗੀਆਂ, ਸਾਰੇ ਬਹਾਨੇ ਨਾਲ ਪਤੇ ਸੁਤੇ ਲੈਣ ਆਉਂਦੀ ਹੈ। ਤੂੰ ਕਾਹਨੂੰ ਆਉਂਦੀ ਹੈ? ਇਹ ਕਹਿੰਦੇ ਤਪਾ ਲਿਆ, ਇਹ ਜੰਮਦੀ ਕਿਉਂ ਨਾ ਮਰ ਗਈ, ਲੋਕਾਂ ਤੋਂ ਮੈਨੂੰ ਤਾਨੇ ਮਿਹਣੇ ਮਰਵਾਉਂਦੀ ਹੈਗੀ, ਕਿਵੇਂ ਮਠਿਆਰ ਮਠਿਆਰ ਗੱਲਾਂ ਕਰਦੀ ਹੈ। ਕੋਈ ਗੱਲ ਨਹੀਂ, ਸਾਡਾ ਕਿਹੜਾ ਰੱਬ ਰੁੱਸਿਆ, ਕਦੇ ਤਾਂ ਮੇਰੀ ਪਰਮਾਤਮਾ ਸੁਣੂ ਗਈ ਇਹਨਾਂ ਲੋਕਾਂ ਤੋਂ, ਮੈਨੂੰ ਵੀ ਕਦੇ ਖੁਸ਼ ਕਰ ਦੂਗਾ ਨਾ। ਕੋਈ ਗੱਲ ਨਹੀਂ ਰੱਬਾ, ਜੰਮਦੀ ਮਰ ਜਾਂਦੀ, ਇਹ ਤੀਵੀਆਂ ਕਾਹਨੂੰ ਗੱਲਾਂ ਕਰਨ ਜੋਗੀਆਂ ਰਹਿੰਦੀਆਂ। ਸਾਰੀ ਰਾਤ ਨਹੀਂ ਟੀਕੀ, ਹੱਟਿਆਂ ਟਿਆਂ ਲਾ ਰੱਖੀ ਆ। ਆ ਫੜ ਨਹੀਂ, ਆਪ ਮੌਜ ਨਾਲ ਸੁੱਤੀ ਪਈ ਹੈਗੀ, ਮੈਂ ਤਾਂ ਆਪ ਰਾਤ ਦੀ ਨੀਂਦ ਨਹੀਂ ਆਗੀ, ਸੌਣਾ ਦੇ ਮੈਨੂੰ ਵੀ 10 ਮਿੰਟ ਸਾਹ ਮਾਪਦਾ ਕੁੜਖਾਨਾ, ਇੰਨਾ ਰੋਂਦੀ ਆ ਇੰਨਾ ਰੋਂਦੀ ਆ, ਮੈਂ ਤਾਂ ਜੀ ਕਰਦਾ ਇਹਦੇ ਸੰਗੀ ਨੱਪਦਾ। ਮੰਮੀ ਇਹਦੇ ਵਿੱਚ ਇਹਦਾ ਕੀ ਕਸੂਰ ਆ ਵਿਚਾਰੀ ਦਾ, ਇਹ ਤਾਂ ਰੱਬ ਦੀ ਦੇਣ ਆ। ਆਹੋ ਇਹਦਾ ਕੀ ਕਸੂਰ ਹੈ, ਤੇਰਾ ਤਾਂ ਕਸੂਰ ਹੋਊਗਾ ਨਾ। ਮੰਮੀ ਤੁਸੀਂ ਵੀ ਤਾਂ ਕਿਸੇ ਦੀ ਕੁੜੀ ਹੋ ਨਾ, ਤੂੰ ਤਾਂ ਸਾਡੇ ਘਰ ਦੇ ਵਿੱਚ ਵਾਧਾ ਚਾਹੁੰਦੀ ਵੀ ਨਹੀਂ ਕਾਲੇ ਮੱਥੇ ਵਾਲੀਏ। ਮੈਨੂੰ ਤਾਂ ਐਡੀ ਵੱਡੀ ਆਸ ਸੀ ਪੋਤੇ ਦਾ ਮੂੰਹ ਦੇਖੂੰਗੀ, ਆ ਫੇਰ ਪੱਥਰ ਮਾਰਿਆ। ਮੰਮੀ ਇਹਦੇ 'ਚ ਮੇਰਾ ਕੀ ਕਸੂਰ ਆ? ਬਸ ਬੜੇ ਢੰਗ ਜੇ ਨਾ ਕਰ, ਚੁੱਪ ਕਰਕੇ ਪੈ ਜਾ। ਮੇਰਾ ਕੀ ਕਸੂਰ ਹੈ, ਨਾਲੇ ਹੋਰ ਕਸੂਰ ਹੈ, ਬੋਲਣ ਨੂੰ ਤਾਂ ਬਥੇਰਾ ਡੰਡਾ ਲੱਗੇਗਾ। ਰੱਬ ਮੂਹਰੇ ਅਰਦਾਸ ਵੀ ਕਰਦੀ ਤੂੰ ਜਦੋਂ ਹੋਣ ਵਾਲੀ ਸੀ ਕਾਲੇ ਮੂੰਹ ਵਾਲੀ, ਵੀ ਰੱਬਾ ਮੈਨੂੰ ਪੁੱਤ ਦਾ ਮੂੰਹ ਦਿਖਾ ਦੇ, ਮੈਨੂੰ ਪੁੱਤ ਦੇ ਦੇ। ਜੇ ਤੂੰ ਰੱਬ ਨੂੰ ਸਿੱਧੇ ਦਿਲੋਂ ਮਨੋਂ ਮੰਨਦੀ, ਪਰਮਾਤਮਾ ਖਬਰ ਆਪਣੇ ਪੁੱਤ ਦੇ ਹੀ ਦਿੰਦਾ, ਮਰੀ ਜਾਂਦੀ ਆਪਦੀਆਂ।
ਇਹ ਖੜੀ ਹੋ ਕੇ ਇਹਨੂੰ ਬਰਿਆ ਲਾਇਆ 10 ਮਿੰਟ ਸੌਣ ਵੀ ਨਹੀਂ ਦਿੰਦੀ ਟਾਂ ਟਾਂ ਕਰਨ ਲੱਗੀ ਪਈ ਹੈਗੀ ਇਹ ਮੰਮੀ ਮੇਰਾ ਕੀ ਕਸੂਰ ਹੈ ਮੇਰੇ ਤੋਂ ਉੱਠਿਆ ਨਹੀਂ ਜਾ ਰਿਹਾ ਤੂੰ ਇਹਨੇ ਢੰਗ ਜੇ ਨਾ ਕਰ ਸਾਡੇ ਕਿਹੜਾ ਕਰੇ ਜਵਾਕ ਨਹੀਂ ਸੀ ਹੋਏ ਤੂੰ ਤਾਂ ਮਸਤੀਆਂ ਕਰਦੀ ਹੈ ਉੱਠਿਆ ਨਹੀਂ ਜਾਂਦਾ ਮੇਰਾ ਦਿਲ ਕਰਦਾ ਵੀ ਮੈਨੂੰ ਰਵਾਵਾਂ ਮੈਨੂੰ ਨਹੀਂ ਪਤਾ ਇਹਨੂੰ ਚੱਕਣਾ ਆਪਦੇ ਨੂੰ ਚੱਕ ਲੈ ਨਹੀਂ ਮੈਂ ਤਾਂ ਚੱਕਦੀ ਨਹੀਂ ਜੇ ਤੈਨੂੰ ਮੇਰਾ ਸਹਾਰਾ ਹੈਗਾ ਵੀ ਇਹ ਚੱਕੂਗੀ ਸਿੱਧੀ ਗੱਲ ਹੈ ਖੜੀ ਹੋ ਜਾ ਮੇਰੇ ਮੂਹਰੇ ਡਰਾਮੇ ਜੇ ਨਾ ਕਰ ਮੰਮੀ ਤੁਹਾਨੂੰ ਡਰਾਮੇ ਲੱਗਦੇ ਆ ਨਾ ਤੈ ਲੈ ਦੀ ਜਵਾਕ ਜੰਮੇ ਨੇ ਸਾਡੇ ਕਦੇ ਜਵਾਕ ਨਹੀਂ ਹੋਏ ਜਦੋਂ ਮੇਰਾ ਮੁੰਡਾ ਹੋਇਆ ਸੀ ਨਾ 20 ਦਿਨਾਂ ਦਾ ਮੁੰਡਾ ਸੀ ਜਦੋਂ ਗੋਹੇ ਦਾ ਟੋਕਰਾ ਚੱਕ ਕੇ ਬੱਗ ਸੀ ਮੈਂ ਰੂੜ ਤੇ ਸਿੱਟ ਕੇ ਆਈ ਆ ਮੇਰੀ ਸੱਸ ਤਾਂ ਕਹਿ ਨਹੀਂ ਹੁੰਦੀ ਪੱਥ ਕੇ ਵੀ ਮੁੜੀ ਕਦੇ ਕਦੇ ਮੈਂ ਤਾਂ ਕੋਠੇ ਤੇ ਗੋਹਾ ਸਟਪਾਉਣੀ ਸੀ ਤੂੰ ਮੇਰੇ ਕਹਿੰਦੀ ਟਾਂਕੇ ਨਹੀਂ ਜੀ ਹਜੇ ਲੋਟ ਹੋਏ ਇਹੋ ਜਿਹੇ ਕਹੇ ਜਾਨੇ ਟਾਂਕੇ ਤੇਰੇ ਜਿਹੜੇ ਲੋਟ ਹੀ ਨਹੀਂ ਹੋਏ ਦੁਨੀਆ ਦੇ ਜਵਾਕ ਹੁੰਦੇ ਨੇ ਡੂੜ ਮਹੀਨੇ ਦੀ ਕੁੜੀ ਹੋ ਗਈ ਹਲੇ ਕਹਿੰਦੀ ਮੈਥੋਂ ਕੰਮ ਨਹੀਂ ਹੁੰਦਾ ਕੰਮ ਨਹੀਂ ਹੁੰਦਾ ਇਹਦੋਂ ਬਾਅਦ ਕਦੋਂ ਕਰੇਂਗੀ ਕੰਮ ਮੈਥੋਂ ਤਾਂ ਆਪ ਨਹੀਂ ਹੁੰਦਾ ਭਾਈ ਕੰਮ ਸਿੱਧੀ ਗੱਲ ਹੈਗੀ ਨਾ 10 ਮਿੰਟ ਸੌਣ ਦੇਵੇ ਜੇ ਖਾਣ ਦੇ ਦੀ ਟਿਆਂ ਟਿਆਂ ਲਵਾ ਰੱਖੀ ਹੈਗੀ ਮੇਰੀ ਗੱਲ ਸੁਣ ਲੈ ਖੜੀ ਹੋ ਕੇ ਕੰਮ ਕਰ ਲੈ ਆ ਸਾਰਾ ਝਾੜੂ ਪੋਚੇ ਦਾ ਕੰਮ ਸਾਰਾ ਪਿਆ ਠੀਕ ਹੈ ਮੈਥੋਂ ਨਹੀਂ ਹੁੰਦਾ ਮੈਂ ਤਾਂ ਗਵਾਂਢੀ ਨੇ ਜਾ ਕੇ ਆਉਣੀ ਆ ਕੱਪੜੇ ਦੇਖ ਕੇ ਆਉਣੀ ਨਾਲੇ ਪੁੱਤ ਜਿਹੜੀ ਤੂੰ ਚੋਰੀ ਲੈ ਕੇ ਜਾਂਦਾ ਸਾਰੇ ਖਾ ਲੈਣਾ ਟਿਫਨ ਵਿਹਲਾ ਕਰਦਾ ਨਾ ਤੇ ਦੂਜੀ ਗੱਲ ਜਦੋਂ ਤੈਨੂੰ ਬੈਨ ਤਾਰ ਕੇ ਮੁੜ ਜਾਂਦੀ ਆ ਛੇ ਛੇਤੀ ਘਰੇ ਆ ਜਾ ਕਰ ਪੁੱਤ ਤੈਨੂੰ ਪਤਾ ਹੈਗਾ ਮੈਨੂੰ ਤਾਂ ਫਿਕਰ ਲੱਗਿਆ ਰਹਿੰਦਾ ਵੀ ਮੇਰਾ ਪੋਤਾ ਹਜੇ ਤੱਕ ਘਰੇ ਨਹੀਂ ਆਇਆ ਦੇਖ ਲੈ ਫਿਰ ਤੂੰ ਜਿਹੜੀ ਚੀਜ਼ ਨੂੰ ਤੇਰਾ ਜੀ ਕਰੂਗਾ ਨਾ ਮੈਂ ਤੈਨੂੰ ਉਹੀ ਲੈ ਕੇ ਦੇ ਦੂੰਗੀ ਪੁੱਤ ਮੈਂ ਤੇਰੀ ਹਰ ਇੱਕ ਡਿਮਾਂਡ ਪੂਰੀ ਕਰੂੰਗੀ ਠੀਕ ਆ ਬੀਬੀ ਹਾਂ ਪੁੱਤ ਮੇਰੇ ਦੋਸਤਾਂ ਕੋਲ ਸਾਈਕਲੀਆਂ ਹੈਗੀਆਂ ਨੇ ਮੈਨੂੰ ਵੀ ਲੈ ਕੇ ਦੇ ਦੇ ਉਹ ਪੁੱਤ ਮੇਰੇ ਪੁੱਤ ਨੂੰ ਸਾਈਕਲੀਆਂ ਦਾ ਘੱਟ ਹੈ ਸਾਈਕਲੀਆਂ ਬਥੇਰੀਆਂ ਮੇਰੇ ਪੁੱਤ ਨੂੰ ਕੋਈ ਗੱਲ ਨਹੀਂ ਮਾੜ ਜਾ ਪੁੱਤ ਤੂੰ ਚਲਾਉਣ ਜੋਗਾ ਹੋ ਜਾ ਹਾਲੇ ਤਾਂ ਤੂੰ ਛੋਟਾ ਬੱਚਾ ਠੀਕ ਹੈ ਤੂੰ ਡਿੱਗ ਪੇਂਗਾ ਬੇਬੇ ਚਲਾ ਲੂੰਗਾ ਮੈਂ ਉਹ ਪੁੱਤ ਮੈਨੂੰ ਤਾਂ ਡਰ ਲੱਗਦਾ ਹੈ ਚਲਾ ਕਿੱਥੋਂ ਲੰਮੇਗਾ ਤੂੰ ਸੋਹਣਿਆ ਹਜੇ ਚੱਲਣੀ ਨਹੀਂ ਤੇਥੋਂ ਮੈਨੂੰ ਪਤਾ ਤੇਰੇ ਇੱਥੇ ਗੋਡੇ 'ਤੇ ਸੱਟ ਵੱਜੂਗੀ ਪੁੱਤ ਫਿਰ ਤੂੰ ਸਕੂਲ ਕਿਵੇਂ ਜਾਵੇਂਗਾ ਫਿਰ ਤੂੰ ਬਹਾਨਾ ਲਾ ਲੇਗਾ ਮੈਂ ਤਾਂ ਸਾਈਕਲ ਤੋਂ ਡਿੱਗ ਪਿਆ ਦਾਦੀ ਮਾਂ ਮੈਂ ਨਹੀਂ ਸਕੂਲ ਜਾਂਦਾ ਮੇਰਾ ਗੋਡਾ ਦੁਖਦਾ ਹੈ ਨਾ ਫਿਰ ਤੂੰ ਐਵੇਂ ਕਹਿ ਦੇਗਾ ਫਿਰ ਦੱਸ ਕੀ ਕਰੇਗਾ ਫਿਰ ਮੈਂ ਤੈਨੂੰ ਬਹਾਨਾ ਨਹੀਂ ਕੋਈ ਘੜਨ ਦੇਣਾ ਠੀਕ ਹੈ ਨਾ ਸਕੂਲੇ ਤੈਨੂੰ ਜਾਣਾ ਹੀ ਜਾਣਾ ਪੈਣਾ ਗਾ ਪੁੱਤ ਥੋੜ੍ਹਾ ਜਿਹਾ ਹੁਸ਼ਿਆਰ ਹੋ ਜਾ ਫਿਰ ਮੈਂ ਤੈਨੂੰ ਸਾਈਕਲ ਹੀ ਲੈ ਕੇ ਦਿਉ ਮੇਰੇ ਪੁੱਤ ਨੂੰ ਠੀਕ ਹੈ ਦੇਖੀ ਬਾਲੀਆਂ ਸਾਹਮਣੇ 2 ਟੱਲੀਆਂ ਵਾਲੀ ਸਾਈਕਲ ਹੀ ਲੈ ਕੇ ਦਿਉ ਮੇਰੇ ਪੁੱਤ ਨੂੰ ਓਕੇ ਹਾਂ ਮੇਰਾ ਪੁੱਤ ਤਾਂ ਬਾਲਾ ਸਿਆਣਾ ਗਾ ਦੇਖੀ ਸਹੀ ਪੜ੍ਹ ਲਿਖ ਕੇ ਫੌਜੀ ਬਣੂਗਾ ਫੌਜੀ ਤੈਨੂੰ ਸਾਈਕਲ ਹੀ ਤੂੰ ਸਾਈਕਲ ਹੀ ਮੰਗਦੀ ਆ ਫਿਰ ਉਹ ਜਿਹੜੀ ਨਾਨਕੇ ਉੱਜੜੀ ਹੋਈ ਆ ਫਿਰ ਉਹ ਸਾਈਕਲ ਹੀ ਮੰਗੂਗੀ ਤੁਸੀਂ ਸਾਈਕਲ ਹੀ ਮੰਗਣ ਦੇ ਲੈ ਕੇ ਨਹੀਂ ਹੈਗੀ ਆ ਸਾਈਕਲ ਤਾਂ ਮੁੰਡੇ ਲੈਂਦੇ ਹੁੰਦੇ ਨੇ ਮੈਂ ਤਾਂ ਮੇਰੇ ਪੋਤੇ ਨੂੰ ਸਾਈਕਲ ਹੀ ਲੈ ਕੇ ਦੇਵਾਂਗੀ ਪਰੇ ਵਗ ਜਾ ਤੂੰ ਮੇਰੀ ਅੱਖਾਂ ਤੋਂ ਬਣੀਆਂ ਸਾਈਕਲ ਹੀ ਦੀ ਅੱਜ ਸਾਈਕਲ ਹੀ ਮੰਗ ਲੈ ਕੱਲ ਨੂੰ ਕਹੇਂਗੇ ਮੈਨੂੰ ਹੈਲੀਕਾਪਟਰ ਲੈ ਦੇ ਚਾਂਬਲੀਆਂ ਹੋਈਆਂ ਹਾਂ ਪੁੱਤ ਠੀਕ ਹੈ ਨਾ ਦੇਖ ਮੇਰਾ ਪੁੱਤ ਹੱਸ ਪੈਣਾ ਉਹਦੀ ਗੱਲਾਂ ਤੋਂ ਆਪਾਂ ਉਹਨਾਂ ਨੂੰ ਕੁਛ ਨਹੀਂ ਦਿੰਦੀਆਂ ਨਾਲੇ ਜੇ ਦੁਕਾਨ 'ਤੇ ਜਾਣਾ ਉਹਨਾਂ ਨਾ ਚੀਜ਼ੀ ਲੈਣ ਵਾਸਤੇ ਬਾਰੀ ਖਾਇਆ ਕਰ ਇਕੱਲਾ ਇਹ ਤਾਂ ਜੁੰਡਣ ਆਈਆਂ ਤਾਂ ਇੱਥੋਂ ਚੀਜ਼ੀ ਖੋਲਾਂਦੀਆਂ ਨੇ ਠੀਕ ਹੈ ਮੇਰਾ ਵੀ ਪੁੱਤ ਫਿਰ ਕਾਲਜਾ ਮੱਚ ਜਾਂਦਾ ਵੀ ਮੇਰੇ ਪੁੱਤ ਤੋਂ ਖੋ ਕੇ ਚੀਜ਼ ਖਾ ਗਈਆਂ ਚੰਗਾ ਹਾਂ ਨਾਲੇ ਸਕੂਲ ਜਾਂਦੇ ਨੂੰ ਤੈਨੂੰ 10 ਰੁਪਏ ਦਿਆ ਕਰੂੰਗੀ ਮੇਰੇ ਪੋਤੇ ਨੂੰ ਚੀਜ਼ੀ ਵਧੀਆ ਵਧੀਆ ਚੋਕਲੇਟ ਖਾ ਲਿਆ ਕਰ ਠੀਕ ਹੈ ਹਾਂ ਕੁਰਕੁਰੇ ਨਾ ਖਾਇਆ ਕਰ ਕੁਰਕੁਰੇ ਤਾਂ ਬਹੁਤ ਮਾੜੇ ਹੁੰਦੇ ਨੇ ਪੁੱਤ ਪੇਟ ਦਰਦ ਕਰਨ ਲਾ ਆਉਂਦੇ ਨੇਗੇ ਚੋਕਲੇਟ ਖਾ ਲਿਆ ਕਰ ਅੱਛਾ ਲੈ ਪੁੱਤ ਅੱਜ ਮੈਂ ਨਾ ਤੇਰੇ ਵਾਸਤੇ ਕੜੀ ਚੌਲ ਬਣਾਏ ਸੀਗੇ ਖਾ ਲਾ ਬੇਬੇ ਮੈਂ ਨਹੀਂ ਖਾਣੇ ਮੈਂ ਚੂਰੀ ਕੁੱਟ ਕੇ ਦੇ ਥੋੜ੍ਹੇ ਤਾਂ ਤੂੰ ਕੜੀ ਚੌਲ ਖਾ ਲੈ ਚੂਰੀ ਪੁੱਤ ਖਾਂਸੀ ਹੋ ਜੂਗੀ ਤੈਨੂੰ ਮੈਂ ਦੱਸਾਂ ਕੋਈ ਨਾ ਕੜੀ ਚੌਲ ਬਹੁਤ ਵਧੀਆ ਨੇ ਕੋਈ ਨਾ ਆਥਣ ਤੈਨੂੰ ਮੈਂ ਚੂਰੀ ਕੁੱਟ ਕੇ ਦੇ ਦੂੰਗੀ ਠੀਕ ਹੈ ਹਾਂ ਮੇਰੇ ਪੁੱਤ ਨੂੰ ਚੂਰੀ ਦਾ ਘੱਟ ਹੈਗਾ ਪਰ ਆਪਣੇ ਅੱਜ ਘਿਓ ਮੁੱਕਿਆ ਪੈਗਾ ਦੇਸੀ ਭੁੱਖ ਲੱਗ ਰਹੀ ਹੈ ਪਰ ਹਾਂ ਵਗ ਜਾ ਤੂੰ ਮੇਰੀ ਅੱਖਾਂ ਤੋਂ ਵਿਚਾਲੇ ਅੜ ਜਾਣੀਆਂ ਤੂੰ ਆ ਕੇ ਨਾ ਤੂੰ ਸਕੂਲ ਦੇ ਵਿੱਚ ਖਾ ਕੇ ਤਾਂ ਆਈ ਆ ਕੜੀ ਚੌਲ ਸਰਕਾਰੀ 'ਚ ਸਾਨੂੰ ਸਾਰਾ ਖਾਣਾ ਮਿਲਦਾ ਹੈਗਾ ਵਗ ਜਾ ਜਦੋਂ ਮੈਂ ਕੋਈ ਮੁੰਡੇ ਨੂੰ ਚੀਜ਼ ਦੇਵਾਂ ਨਾ ਮੂਹਰੇ ਅੜ ਜਾਣੀਆਂ ਤੂੰ ਆ ਕੇ ਵਗ ਜਾ ਪਰਾਂ ਬਾਹਰ ਖੇਡ ਲਾ ਬਣੀਆਂ ਮੈਨੂੰ ਖਵਾ ਦੇ ਨਾਲੇ ਦੇਖ ਲੈ ਨਾ ਪੁੱਤ ਤੇਰੀ ਰੀਸ ਕਰਦੀ ਆ ਇਹ ਲੈ ਮੇਰੇ ਪੁੱਤ ਨੂੰ ਜਿਹਾ ਜੀ ਵੀ ਖਾਣਾ ਪਸੰਦ ਹੈ ਪੁੱਤ ਉਹ ਜਿਹੀ ਖਾ ਲਿਆ ਕਰ ਮੈਨੂੰ ਕਹਿ ਦਿਆ ਕਰ ਠੀਕ ਹੈ ਨਾ ਉਹ ਜਿਹੀ ਖਾਣਾ ਬਣਾ ਕੇ ਦੇ ਮੇਰੇ ਪੁੱਤ ਨੂੰ ਹਾਏ ਹੈ ਬੇ ਕੁਲਫੀ ਵਾਲੇ ਨੇ ਅੱਡ ਸਿਖਰ ਦੇ ਪਰੇ ਦਿਮਾਗ ਖਾ ਲਿਆ ਮੇਰੇ ਕੋਲ ਤਾਂ ਭਾਈ ਪੈਸੇ ਨਹੀਂ ਹੈਗੇ ਜਾ ਬਗ ਜੋ ਖੇਡੋ ਮੈਨੂੰ ਸੌਣ ਦੇ 10 ਮਿੰਟ ਮੈਨੂੰ ਪਤਾ ਹੈਗੇ ਤੇ ਚੁੰਨੀ ਨਾਲ ਪੰਨੇ ਹੁੰਦੇ ਨੇ ਮੇਰੇ ਤਾਂ ਚੁੰਨੀ ਦੇ ਲੈ ਦੱਸ ਦਿਖਾ ਕਿੱਥੇ ਨੇ ਮੇਰੇ ਕੋਲ ਪੈਸੇ ਹੈ ਹੈ ਨਹੀਂ ਪੁੱਤ ਮੇਰੇ ਕੋਲ ਪੈਸੇ ਮੈਂ ਤੈਨੂੰ ਝੂਠ ਨਹੀਂ ਬੋਲਦੀ ਹੈਗੀ
मेरी गल सुन लै, तुसी दोनों जाने भांडे ते नौ कसाई जानी हो, एक जानी पोचे दा कम कर लैंदी झाड़ू ला के। नहीं तुसी झुलसदी हो बारी बारी, तीन तीन बार तो तुसी खानी हो, भांडे तो फिर आप ही होने ने। कहिंदी टोकरा भांडे नाले होर भांडे परखदियां ने गियां, झाड़ू पोचा नहीं होया एक जानी तो सोथों कर लैंदियां नाले होर। आप तो जब बड़ी मर गई मुक गई, आ मेरे पेस पा गई इन्हां नूं बैतलां नूं, की करां मैं इन्हां दा, कित्थे कित्थे सानूं मत देऊंगी, अखां दे थुक ला लैंदे हो तुसी, रो रो के मैनूं दिखाओ, मैनूं थोड़ी रोण दा कोई सेहत असर नहीं पैंदा। झाड़ू पोचे दा करो, सोडा काम निबड़ जा टाइम नाल, घट नहीं हैगियां तुसी किसे गल्लों। की बीबी रौला पाया तू? ते पुत का दा रौला पाया है, कोई रौला नहीं, आ काम पिछे रौले ने। मां चल एक जानी भांडे मांज लैंदी भाई, एक जानी झाड़ू पोचे दा कम कर लैंदी। चल कोई नहीं कर, होर की हैगा, कानू कर दियां ने इह, मेरे तां मैं तां इक करके नहीं जान दियां, किन्ना मर्जी कह लां उत मैं तां इहने चंगे भले दी गल कर दियां। कल नू बगाने घर जाणा है, हुण आई नहीं हैगा भी इत्थे इक सिर के सिर करी जाण इक कम ते। कोई नहीं बीबी, इन्ना बीपी ना वधाया कर, बीपी तां भाई आपे वध जांदा है, की करां मैं, कमां नू देख देख के मेरा बीपी वधदा है। मैं कहड़ा एवें बोलदी आं, मेरा कहड़ा जी करदा बोलण नू। बीबी मैं इक गल करनी सी नाले तेरे नाल। वे पुत्त एक गल की भवा, तू चार गल्लां कर। मैं कहा मैनूं बुलट लै दे फिर। बुलट? होर सारे मुंडे कोई गड्डी ते आंदा है, कोई बस ओहदे ते आंदा है, बुलट ते मैं ही आ गल्ला जिहड़ा। बे पुत्त तू तां कमला बणिया, बुलटा बुलटा दा पता खर्चा किन्ना, नाले किन्ने क दा आजूगा ओह बुलट सच्चे? चल तू मैनूं आई दस दे। आजूगा बीबी 1.5 लाख दा। 1.5 लाख दा? ਬੂਮ ਮਰ ਜਾ, ਮੈਂ ਤੇਰੀ ਬੀਬੀ ਨੂੰ ਤਾਂ ਕਦੇ 1.5 ਰੁਪਈਆ ਨਹੀਂ ਲਾਇਆ, ਤੂੰ 1.5 ਲੱਖ ਕਹਿਣਾ ਗਾ। ਕੋਨੀ ਬੀਬੀ ਲੈ ਦੇ, ਹੋਰ ਮੈਂ ਕਿਹਨੂੰ ਕਹੂੰਗਾ, ਤੁਹਾਨੂੰ ਹੀ ਕਹੂੰਗਾ ਹੁਣ। ਵੇ ਕਹੇਗਾ ਤਾਂ ਪੁੱਤ ਮੈਨੂੰ ਹੀ, ਚੱਲ ਮੈਂ ਤਾਂ ਮਸਾ ਮਸਾ ਤੈਨੂੰ ਦੇਖਿਆ ਸੀਗਾ, ਤਲ ਮੈਂ ਛੋਟੇ ਹੁੰਦੇ ਤੂੰ ਡਿਮਾਂਡ ਤੇਰੀ ਪੂਰੀ ਕਰਦੀ ਆਈ ਆ। ਫਿਰ ਵੈਸੇ ਕਾ ਵੀ ਡਿਮਾਂਡ ਪੂਰੀ ਕਰਦੇ ਨਾ, ਜਿਹੜਾ ਮੋਟਰਸਾਈਕਲ ਲੈਤਾ ਸੀ ਤਾਂ ਉਹ ਦੱਸ ਕੀ ਕਰੇਗਾ? ਉਹ ਵੇਚ ਦਾਂਗੇ ਆਪਾਂ, ਕੋਈ ਗੱਲ ਨਹੀਂ। ਨਾ ਦੇਖ ਲੈ, ਘਾਟੇ ਵਾਧੇ ਕਰਨ ਨੂੰ ਬੀਹਾਂ ਨਾਲ ਦਾਂ ਤੂੰ ਵੇਚ ਦਾਂਗੇ ਕਹਿੰਦਾ ਆਪਾਂ, ਦੱਸ। ਫਿਰ ਹੁਣ ਬੁਲਟ ਤੇ ਜਾਊਂਗਾ ਮੈਂ ਤਾਂ ਕਾਲਜ। ਬੁਲਟ ਬਿਨਾਂ ਤੇ ਟੌਰ ਨਹੀਂ ਬਣਦੀ, ਪਹਿਲੇ ਮੈਨੂੰ ਆ ਦੱਸ ਵੇ ਰਹਿਣ ਦੇ। ਤੂੰ ਉਸੇ ਜਿਹੜਾ 1.5 ਲੱਖ ਉਹ ਤੇ ਲਾਵੇਂਗਾ, ਆਪਦੀ ਪੜ੍ਹਾਈ ਤੇ ਲਾ ਲੈ ਪੁੱਤ ਬਣ ਕੇ। ਪੜ੍ਹਾਈ ਨਹੀਂ ਹੁੰਦੀ ਰਹੂਗੀ ਬੇਬੇ, ਤੈਨੂੰ ਮੈਂ ਬਾਹਰਲੇ ਦੇਸ਼ ਤੋਰੂੰਗੀ, ਫਿਰ ਬਾਹਰਲੇ ਦੇਸ਼ ਕਦੇ ਨਾ ਤੋਰੇਂਗਾ ਜਾਵੇਂਗਾ ਤੂੰ? ਉਹ ਵਗ ਜਾਵੇਂਗੇ ਬਾਹਰ ਵੀ ਕੋਈ। ਆਹੋ ਜਿਹੜੀ ਝਾੜਾ ਨਾਲ ਲੱਗਦੇ ਨੇ ਪੈਸੇ, ਇੱਥੇ ਮੈਨੂੰ ਕਰ ਲੈਣ ਦੇ ਐਸ਼, ਫਿਰ ਜਾਵਾਂਗੇ ਬਾਹਰ ਕੋਲ। ਤਾਂ ਤਾਂ ਐਸ਼ ਹੀ ਕਰੀਏ, ਛੋਟੇ ਹੁੰਦੇ ਤੂੰ ਐਸ਼ ਕਰੀਏ, ਮੈਨੂੰ ਲਾ, ਮੈਨੂੰ ਤਾਂ ਸਾਰਾ ਪਤਾ ਹੈ, ਤੈਨੂੰ ਮੈਂ ਹੀ ਸਿਰ ਚੜਾਇਆ, ਕਦੇ ਕੁਛ ਲੈ ਦੇ ਨਾ ਵੀਰੇ ਨੂੰ, ਜੇ ਵੀਰਾ ਕਹਿੰਦਾ ਬੁਲਟ ਦੇਖੀ ਸ਼ੌਂਕ ਨਾਲ। ਤੂੰ ਮੇਰੀ ਗੱਲ ਚ ਨਾ ਬੋਲ, ਅਸੀਂ ਕਿਵੇਂ ਮਰਜ਼ੀ ਗੱਲ ਕਰੀਏ, ਚੁੱਪ ਕਰ ਜਾ ਤੂੰ, ਆਪਦਾ ਅੱਗ ਤੇ ਸੋਟਾ ਨਾ। ਚੱਲ ਬਸ ਬੀਬੀ ਚੁੱਪ ਕਰ, ਤੂੰ ਮੈਨੂੰ ਰੋਟੀ ਲਿਆ ਦੇ ਨਾਲੇ। ਲਿਆ ਦਾਨੀ ਆ ਰੋਟੀ, ਲਿਆ ਦੇਣਾ ਪੁੱਤ ਤੈਨੂੰ, ਕੋਈ ਗੱਲ ਨਹੀਂ ਲੈ ਦੂੰਗੀ ਤੈਨੂੰ। ਬੀਬੀ ਸੱਚੀ ਲੈ ਕੇ ਦੇਂਗੀ ਮੇਰੇ ਨੂੰ ਬੁਲਟ? ਨਹੀਂ ਲੈ ਦੂੰਗੀ,
कला कला मेरा पोता ये कि मैं पैसे चंगे ने ले दूंगी बथेरा बुलट की गल हैगी मैं चौड़ कर दी थी ओद्दे नाल। हाँ बीबी मैं तां कहनी सी देखी मेरे लिए कोई चज दा सूट नहीं जे एक सूट दवा दे मैनू भी ना सूट थोड़े को चंगे पलता सूट ने तुसी भी मैनू लगता ना ओदिया गल्ला सुन के तुसी बाहर आ गई मैं मेरे भरा बोल्ट दबाऊगी असी भी सूट नहीं दीदे सारे सूट पट्टे पए आ कुछ नहीं हुंदा मशीन करे है टाकी तोपा ला लो। बीबी एक सूट नाल की फर्क पैंदा गा फर्क तो नहीं पैंदा ना जोड़ा सोड़ा झुलस मंडऊआ करूंगी तुसी सिरों चो हो गई बगाने घर भी तुसी ने जाना है वह कहदे ना करूंगी बनिया ने सूटा दियाँ कर लो काम आपका मंगदियां ने मैं इतों तो बनिया ऐ नहीं है टाइम कढ़ लीए कि भाई मैं डिमांड पूरी करा कल जानी हाँ मैं दादा तो सोडा कि जिन्ना मुक्या मैनू कहड़ा कहाँ वो पिलसण आँदी है कि फौजी थी वह भी वो पिलसण मैं डबल डबल पिलसण लैनी आ गई मैं कितों सिर चढ़े ने आप तो जै बड़ी छुट्ट गई मेरे पेस पा गई इन्हों तिना जण की करा चल पोता तो मेरा फिर भी पोता ही है इन्होंने बैतलान तो फिर भी बगाने घर जाना इन्हों का मैनू की है मैं तो मेरे पोते की डिमांड पूरी करूँ चल कुछ नहीं होंगे भगवान करे बोल्ट लै दे तेरे पोते नाले कदे कदे आप भी झूठा ले लिया करा कुछ नहीं होंगे नाले मैं खुश नाले मेरा पोता खुश। आ जा लेट हो गई आप होर काम ही बाले सीगे तुसी किधर आ बीबी असी तो कॉलेज जा रही सीगियां कोई कॉलेज नहीं जाना चुप करके घरे बैठ जाओ मैं नहीं जान देना कॉलेज कॉलेज सुनो बीबी साडे पेपर आ रहे ने मैं कोई पेपर का नहीं पता ठीक है मैं मुंडा कह के गया कहना मम्मी जान नहीं देना उन्होंने लै बीबी तू ओदी गल्ला च क्यों नहीं नाले आप केड़ा नहीं जानता वो तू ओदी रीस करनी है मुंडे दी वो तो मुंडा है वो तो साथा में जाऊगा बीबी सानू आ पढ़ाई तो पूरी कर लंदे बिर सिरोचियां हो गईयां जे माड़ी मोटी कोई गलबात होगी ना साडा तो मुंह काला हो जाऊगा बीबी देखिए असी तो इन्ने सुपने सजाए हुए ने बी असी वड्डियां हो गए ना जो नौकरी लग जाएंगी तो देखी जरा कुछ कहेंगे ना बीबी उही तेरी हर डिमांड पूरी करया करेंगे असी बस नौकरी ते लग जाइए एक बार बस बस रहन दे करनी पैन डिमांडा पूरी देख मटियार हो तुम टाइम ने माड़े चुप करके मैं तो थोड़ा जाने दीदी घरे बैठ जाओ चलो कोई ना बीबी देखी साडे पेपर भी ने हुण असी अज जाने आ जा कुछ नहीं हुंदा हैगा बीबी तां ही कहंदी रहंदी देख लै किवें मेरे हत्थों चो निकल गईयां ऐनी भी साड़ी बीबी सानू रोक रही है असी चुप करके बैठ जाइए कोई गल नहीं घरों भी तो तुम आओगे हाँ दसो मुंडे नाले आ जाने दे मुंडे भी मेरी नहीं भाई इन्होंने एक करके सुनी हैगी कानू मनदियां ने किसी की कोई गल नहीं कर दी मुंडे नाल गल बीबी हाँ पुत कुड़ियां कित्थे ने कुड़ियां पुत पढ़न गईयां होईयां ने तैनू मैं किन्नी वारी कहा सी हटा दे तू टली नहीं हना पे पुत की हो गया गल तो दस मैनू की गल हुई है गल भी तेन लग जूगी पता वडूंगा जान दे उन्हां नू फिर ना मेरा पुत बन के हाड़े रब दे वास्ते मैनू गल दस दे की हुई है गल तेन लग जूगी पता पुत मैं तो बथेरा रोकदी हाँ ना जाओ नहीं ना जाओ अज मारूंगा मैं उन्हां नू देखदी जा तू ना पुत ऐसी जी गल नहीं करदे हुंदे आपां हुण समझा लांगे जो कोई गल बात आ रहा अज मैं तेन दसता गल बस मेरे तो बुरा अज कोई नहीं ऐ जी पुत की गल होगी हाड़े रब दे वास्ते मैं तू मैनू अपनी मां समझदा ना तेरी छोटी जी दी पुत मां मुक गई सी मैं तेनू पालिया सी हाड़े रब दे वास्ते मैनू गल दस दे की होई आ तेनू लग जाएगा पता गल भी कोई ना पुत मैं हटा लूंगी मुड़ के मैं स्कूल नहीं जान दिंदी अज मार के हटूंगा देखी तू यह चंद्रिया ने पता नहीं की कुछ करता की ना करता बथेरा रोकया नहीं तुसी ना जाओ पता नहीं हैगा भी मुंडे दा गुस्सा किन्ना भैड़ा गा नाले जे कोई गलबात होगी ना मैनू नहीं लगता यह मेरिया पोतियां नू छड़ दूगा बढ़ के नहर च पमा तेर दे हाड़े परमात्मा खैर सुखी होवे हुण तां तेरे रखण दी इज्जत साडी देखी किते लोकां नू मूंह दिखाउण जोगरे भी ना होईए तेरे हत्थ रब्बा मेरी इज्जत देखी कोई कलंक होर ही खड़ा हो जाए।